ਇਹ ਸਹੀ ਸਹੀ ਦਸੀਓ ਕਿ ਸਰਕਾਰ ਚੱਲਦੀ ਕਿੱਥੋਂ ਹੈ ਵਿਰੋਧੀ ਕਹਿੰਦੇ ਆ ਕਿ ਸਰਕਾਰ ਜਿਹੜੀ ਹੈ ਦਿੱਲੀ ਤੋਂ ਚੱਲਦੀ ਉਹ ਕੀ ਕਹਿੰਦੇ ਆ ਮਾਇਰਿੰਗੀ ਰੱਖਦੇ ਮਾਇਨੇ ਇਹ ਰੱਖਦੇ ਆ ਜਿੰਨਾਂ ਲੋਕਾਂ ਨੇ ਉਹ ਸਰਕਾਰ ਚੁਣੀ ਹੈ ਤੇ ਪਹਿਲੇ ਡੇਢ ਮਹੀਨੇ ਦੀ ਕਾਰਗੁਜ਼ਾਰੀ ਤੋਂ ਉਹ ਲੋਕ ਜਿਹੜੇ ਆ ਉਹ ਸੈਟੀਸਫਾਈਡ ਹੈਗੇ ਆ ਜਾਂ ਨਹੀਂ ਪਹਿਲੀ ਸਰਕਾਰ ਹੈ ਜਿਨੇ ਪਹਿਲੇ ਡੇਢ ਮਹੀਨੇ ਦੇ ਵਿੱਚ ਇੰਨੇ ਕੋ ਕੰਮ ਕਰਤੇ ਜਿੰਨੀਆਂ ਪਿਛਲੀਆਂ ਤੁਸੀਂ ਕੋਈ ਵੀ ਸਰਕਾਰ ਦਾ ਕੰਮ ਚੱਕ ਕੇ ਦੇਖ ਲਓ ਜਿਨ੍ਹਾਂ ਨੇ ਪੰਜਾ ਸਾਲਾਂ ਜ ਨਹੀਂ ਕੀਤੇ ਹੋ ਮਿਲ ਸਾਹਿਬ ਨੌਲੇਜ ਸ਼ੇਅਰ ਐਗਰੀਮੈਂਟ ਬਣਾਇਆ ਗਿਆ ਦਿੱਲੀ ਸਰਕਾਰ ਨਾਲ ਕੀ ਜ਼ਰੂਰਤ ਸੀ ਜੇ ਕਿਸੇ ਨੂੰ ਨੌਲੇਜ ਦੇਣੀ ਹੈ ਤਾਂ ਆਪਾਂ ਵਰਬਲੀ ਵੀ ਦੇ ਸਕਦੇ ਹਾਂ ਲੈ ਸਕਦੇ ਹਾਂ ਪਰ ਐਗਰੀਮੈਂਟ ਬਣਾਉਂਦਾ ਕੀ ਕੀ ਰੀਜ਼ਨ ਕੀ ਸੀ ਜਿਹੜਾ ਐਕਸਪੀਰੀਅੰਸ ਹੈ ਉਹਨਾਂ ਦੇ ਅਧਿਕਾਰੀਆਂ ਦਾ ਜਿਹੜਾ ਐਕਸਪੀਰੀਅੰਸ ਹੈ ਉਹ ਐਕਸਪੀਰੀਅੰਸ ਦਾ ਫਾਇਦਾ ਲੈਂਦੇ ਹੋ ਜੇ ਪੰਜਾਬ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਤੇ ਹੈਲਥ ਦੇ ਵਿੱਚ ਵੱਡੇ ਸੁਧਾਰ ਹੋ ਸਕਦੇ ਤਾਂ ਕਿਉਂ ਨਾ ਲਈਏ ਜਿਹਦਾ ਕਹਿਣਾ ਹੈ ਕਿ ਜਿਹੜਾ ਇਹ ਐਗਰੀਮੈਂਟ ਹੋਇਆ ਇਹ ਸਿਰਫ ਦਿੱਲੀ ਦੇ ਜਿਹੜੇ केजीवाल साहब है ओना दा पंजाब दे ऑफिसर से दबदबा रखन वास्ते एग्रीमेंट किता गया जे खुले शब्दਾਂ ਵਿੱਚ ਕਹਿ ਲਿਆ ਜਾਵੇ ਤਾਂ ਦਿੱਲੀ ਦਾ ਰਾਜ ਪੰਜਾਬ ਵਿੱਚ ਚੱਲਣ ਲੱਗ ਗਿਆ। ਅਕਾਲੀ ਦਰਬਾਰਦ ਦੀ ਜਦੋਂ ਸਰਕਾਰ ਸੀ। ਹਮ ਇਹਨਾਂ ਨੇ ਤੁਸੀਂ ਦੇਖੋ ਚైనా ਵੀ ਗਏ। ਇਹ ਇਜ਼ਰਾਈਲ ਵੀ ਗਏ। ਇਹਨੇ 온ਟਾਰੀਓ ਦੇ ਨਾਲ ਜਨਕਿ ਐਗਰੀਮੈਂਟ ਵੀ ਕੀਤਾ ਤੇ ਫਿਰ ਅਸੀਂ ਇਹਦਾ ਮਤਲਬ ਇਹ ਕਹਿ ਦਈਏ ਕਿ ਜਿਹੜੀ ਪੰਜਾਬ ਦੀ ਸਰਕਾਰ ਸੀ ਉਹਨਾਂ ਦੇ ਲਈ ਉਹ ਚైనా ਤੋਂ ਚੱਲਦੀ ਸੀ। ਪਿਛਲੇ ਜਿਹੜੀ ਪਿੱਛੇ ਆ ਰਿਪੋਰਟ ਆਈ ਹੈ 47 ਦਿਨ ਸਰਕਾਰ ਬਣੀ ਨੂੰ ਹੋਈ ਹੈ ਹਲੇ ਤੇ 7000 ਕਰੋੜ ਦਾ ਕਰਜ਼ਾ ਲੈ ਲਿਆ ਗਿਆ ਐਨਾ ਖਰਚਾ ਹੋ ਚੁੱਕਿਆ ਤੁਹਾਨੂੰ ਨਹੀਂ ਲੱਗਦਾ ਕਿ ਜੇ 47 ਦਿਨਾਂ ਵਿੱਚ 7000 ਕਰੋੜ ਦਾ ਖਰਚਾ ਆ ਜਾਂ ਐਨਾ ਕਰਜ਼ਾ ਲੈ ਲਿਆ ਗਿਆ ਤਾਂ ਅਗਲੇ 5 ਸਾਲਾਂ ਵਿੱਚ ਕਿੰਨਾ ਕਰਜ਼ਾ ਸਿਰ ਚੜ੍ਹਨਾ ਆਰਟੀ ਦੀ ਸਰਕਾਰ ਨੇ ਕੋਈ ਕਰਜ਼ਾ ਨਹੀਂ ਲਿਆ ਪਰ ਇਹ ਹੋ ਸਕਦਾ ਹੈ ਕੋਈ ਪੁਰਾਣੀ ਸਰਕਾਰ ਨੇ ਜੇ ਕੋਈ ਕਰਜ਼ਾ ਪਹਿਲਾਂ ਅਪਲਾਈ ਕੀਤਾ ਹੋਵੇ ਜੇ ਕੋਈ ਉਹ ਮਿਲ ਗਿਆ ਹੋਵੇ ਮੇਰੀ ਜਾਣਕਾਰੀ ਜਿੱਨੀ ਹੈ ਔਰ ਆਮ ਆਦੀ ਪਾਰਟੀ ਨੇ ਬਿਲਕੁਲ ਤૈયਿਆ ਕੀਤਾ ਹੋਇਆ ਇਹਨਾਂ 50 ਸਾਲਾਂ ਦੇ ਵਿੱਚ ਅਸੀਂ ਜਿਹੜੀਆਂ ਗਰੰਟੀਆਂ ਲੋਕਾਂ ਨੂੰ ਦਿੱਤੀਆਂ ਉਹ ਵੀ ਪੂਰੀਆਂ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਕਰਜ਼ੇ ਨੂੰ ਉਤਾਰਨ ਦੀ ਲੋਕ ਕਹਿੰਦੇ ਆ ਕਿ ਭਗਵੰਤ ਮਾਨ ਸਿਰਫ ਐਲਾਨਵੰਤ ਹੈ ਕੋਈ ਵੀ ਜਿਹੜੀ ਗਰੰਟੀ ਹੈ ਉਹ ਪੂਰੀ ਨਹੀਂ ਕੀਤੀ ਗਈ ਬਹੁਤ ਜ਼ਿਆਦਾ ਖੁਸ਼ ਨਹੀਂ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਨਹੀਂ ਹੈਗਾ ਮਾਹੀ ਮੈਡਮ ਇਹ ਜਿਹੜੇ ਕਿ ਵਿਰੋਧੀ ਤਾਂ ਐਲਾਨਬੰਦ ਕੋਣ ਕਹਿੰਦਾ ਹੈਗਾ ਉਹ ਜਿਹੜੇ ਅੱਜ ਤੱਕ ਕੁਝ ਵੀ ਨਹੀਂ ਕਰ ਸਕਦੇ ਇਹਨਾਂ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਉਹ ਲੋਕ ਜਿਨ੍ਹਾਂ ਨੇ ਪੰਜਾਬ ਨੂੰ ਨਸ਼ੇ ਦੀ ਦਲਦਲ ਵਿੱਚ ਭਕਤਤਾ ਸਮਾਨੀ ਹੈਗੇ ਸਾਰੇ ਮੋਰ ਲਾ ਰਹੇ ਆ ਔਰ ਦੂਸਰੀ ਗੱਲ ਐਲਾਨ ਉਹ ਕਰਦੇ ਹੁੰਦੇ ਜਿਨ੍ਹਾਂ ਨੇ ਆਖਰੀ ਸਾਲ 'ਚ ਕੰਮ ਕਰਨਾ ਹੁੰਦਾ ਹੁਣ ਤੁਸੀਂ ਪਹਿਲੇ ਮਹੀਨੇ ਜੇਕਰ ਤੁਸੀਂ ਇਹ ਚੀਜ਼ ਦੀ ਘੋਸ਼ਣਾ ਕਰਦੇ ਹੋ ਕੱਲੇ ਐਲਾਨ ਨਾਲ ਤੁਸੀਂ ਕੰਮ ਕਿਵੇਂ ਚਲਾ ਲੋਗੇ ਨੇ ਦੀ ਵਿਜਾਈ ਤੇ ਕਿਹਾ ਸਰਕਾਰ ਨੇ ਕਿ 1500 ਰੁਪਏ ਪਰ ਏਕੜ ਦੇ ਹਿਸਾਬ ਨਾਲ ਦੇਵਾਂਗੇ ਦੂਸਰੇ ਪਾਸੇ ਜਿਹੜੇ ਕਿਸਾਨ ਹੈ ਉਹ ਕਿਤੇ ਕਹਿ ਰਹੇ ਆ 5000 ਤੋਂ ਲੈ ਕੇ 10000 ਤੱਕ ਸਾਨੂੰ ਵਿਜਾਈ ਦਾ ਦਿੱਤਾ ਜਾਵੇ ਪਰ ਲੱਗਦਾ ਨਹੀਂ ਹੈਗਾ ਕਿ ਜਾਂ ਤਾਂ ਕਿਸਾਨਾਂ ਨਾਲ ਮੀਟਿੰਗ ਕਰ ਲਈਤੀ ਜਾਵੇ ਜਾਂ ਉਹਨਾਂ ਦਾ ਇਹ ਮਸਲਾ ਹੱਲ ਕਿਉਂ ਨਹੀਂ ਹੋ ਰਿਹਾ ਜੋ ਜਨਕਿ ਜਿਹੜਾ ਹੈਗਾ ਆਉਣ ਵਾਲੇ ਦਿਨਾਂ 'ਚ ਜੇ ਖਜ਼ਾਨੇ ਦੀ ਹਾਲਾਤ ਹੋਰ ਸੁਧਰੂਗੀ ਤਾਂ ਐਕਚੁਅਲੀ ਇਹ ਲੋਕਾਂ ਦੀ ਸਰਕਾਰਾ ਹੋਰ ਵੀ ਹੈਲਪ ਹੋ ਸਕਦੀ ਹੈ ਔਰ ਅੱਜ ਦੇ ਹਾਲਾਤਾਂ ਦੇ ਵਿੱਚ 1500 ਦੀ ਜਿਹੜੀ ਹੈਲਪ ਹੈ ਬਹੁਤ ਵੱਡੀ ਹੈਲਪ ਹੈਗੀ ਹੈ ਮਹਾਰਵੀਏ ਦੇ ਹੱਕ 'ਚ ਨਹੀਂ ਔਰ ਆਮ ਜਿਹੜਾ ਕਿਸਾਨ ਹੈ ਉਹ ਵੀ ਇਹਦੇ ਹੱਕ 'ਚ ਹੈ ਸਰ ਸਾਰੀ ਔਰ ਤਾਂ ਵੇਟ ਕਰ ਰਹੀਆਂ ਸਰ 1000 ਰੁਪਏ ਉਹਨਾਂ ਦੇ ਅਕਾਊਂਟ ਚ ਆਊਗਾ ਸਰ ਉਹ ਆਊਗਾ ਉਹ ਵੀ ਆਊਗਾ ਚਿੰਤਾ ਨਾ ਕਰੋ ਦੋ ਤਿੰਨ ਮਹੀਨਿਆਂ ਤੱਕ ਜਾਨੀ ਕਿ ਆਉਣਾ ਸ਼ੁਰੂ ਹੋ ਜਾਊਗਾ ਸਰਕਾਰ ਦੇ ਜਿਹੜੇ ਹਾਲਾਤ ਨੇ ਤੁਸੀਂ ਦੇਖੋ ਕੋਈ ਸੋਚ ਸਕਦਾ ਸੀ ਕਿ ਬਿਜਲੀ 1 ਜੁਲਾਈ ਨੂੰ ਹੁਣੀ ਕਰ ਦਿਆਂਗੇ ਕੋਈ ਸੁਪਨਾ ਲੈ ਸਕਦਾ ਸੀ ਕਹਤਾ ਨਾ ਕਰਤਾਂ ਨਾ ਲਾਣ ਉਹ ਵੀ ਕਰਤਿਆਂਗੇ ਤੇ ਕੱਟ ਲੱਗ ਰਿਹਾ ਲੋਕਾਂ ਦਾ ਕਹਿਣਾ ਕਿ ਐਨੇ ਕੱਟ ਤਾਂ ਪਹਿਲਾਂ ਸਰਕਾਰਾਂ ਚ ਨਹੀਂ ਲੱਗੇ ਜਿੰਨੇ ਹੁਣ ਕੱਟ ਲੋਕ ਜਾਮਾ ਹੋ ਰਿਹਾ ਹੈਗੇ ਧਰਨੇ ਲਾ ਰਿਹਾ ਹੈਗੇ ਇਹ ਮੁੱਦੇ ਕਦੋਂ ਖਤਮ ਹੋਣਗੇ ਸਸ਼ੀਕਲ ਜੀ ਤੁਸੀਂ ਦੇਖ ਤੇ ਮੈਂ ਮਾਹੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਥੋੜਾ ਹੀ ਟਾਈਮ ਹੋਇਆ ਹੈ ਪਰ ਹਲੇ ਤੱਕ ਅਸੀਂ ਚਰਚਾ ਵਿੱਚ ਨਹੀਂ ਆਈ ਸੋ ਅੱਜ ਚਰਚਾ ਕਰਾਂਗੇ ਆਮ ਆਦਮੀ ਪਾਰਟੀ ਦੇ ਸਪੋਕਸਮੈਨ ਨੀਲ ਗਰਗ ਜੀ ਨਾਲ ਤਾਂ ਕਰਦੇ ਹਾਂ ਉਹਨਾਂ ਦਾ ਸਵਾਗਤ ਤੇ ਕਰਦੇ ਹਾਂ ਗੱਲਬਾਤ ਸਸ਼ੀਕਲ ਸਰ ਬਹੁਤ ਬਹੁਤ ਸਵਾਗਤ ਹੈ ਜੀ ਸਸ਼ੀਕਲ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੌਕੇ ਦੇਣ ਦੀ ਲਈ ਗਰਗ ਸਾਹਿਬ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਸਰਕਾਰ ਤਾਂ ਬਣੀ ਚੁੱਕੀ ਹੈ ਸਹੀ ਸਹੀ ਦੱਸਿਓ ਕੀ ਸਰਕਾਰ ਚੱਲਦੀ ਕਿੱਥੋਂ ਹੈ ਵਿਰੋਧੀ ਕਹਿੰਦੇ ਆ ਕਿ ਸਰਕਾਰ ਜਿਹੜੀ ਹੈ ਦਿੱਲੀ ਤੋਂ ਚੱਲਦੀ ਹੈ ਸਰਕਾਰ ਪੰਜਾਬ ਦੇ ਸੈਕਟਰੀਏਟ ਚੰਡੀਗੜ੍ਹ ਤੋਂ ਚੱਲਦੀ ਹੈ ਜੀ ਜੀ ਤੇ ਪੰਜਾਬ ਦੇ ਲੋਕਾਂ ਦੀ ਇਨਵੋਲਵਮੈਂਟ ਦੇ ਨਾਲ رائے ਦੇ ਨਾਲ ਫੈਸਲੇ ਹੁੰਦੇ ਆ ਹੂੰ ਵਿਰੋਧੀ ਕੀ ਕਹਿੰਦੇ ਆ ਮਾਇਨੇ ਨਹੀਂ ਰੱਖਦੇ ਮਾਇਨੇ ਇਹ ਰੱਖਦੇ ਆ ਜਿੰਨਾਂ ਲੋਕਾਂ ਨੇ ਉਹ ਸਰਕਾਰ ਚੁਣੀ ਹੈ ਤੇ ਪਹਿਲੇ ਡੇਢ ਮਹੀਨੇ ਦੀ ਕਾਰਗੁਜ਼ਾਰੀ ਤੋਂ ਉਹ ਲੋਕ ਜਿਹੜੇ ਆ ਉਹ ਸੈਟੀਸਫਾਈਡ ਹੈਗੇ ਆ ਜਾਂ ਨਹੀਂ ਹੂੰ ਸੋ ਮੇਰਾ ਕਹਿੰਦਾ ਮਤਲਬ ਹੈਗਾ ਮਤਲਬ ਇਹ ਸਰਕਾਰ ਨੇ ਇਤਿਹਾਸ ਰਾਜਪਾ ਜੀ ਪਿਛਲਾ ਅਸੀਂ 75 ਸਾਲ ਦਾ ਰਾਜ ਦੇਖਿਆ ਹੈਗਾ ਕਿ ਸਰਕਾਰਾਂ ਬਹੁਤ ਸਾਰੇ ਵਾਅਦੇ ਕਰਦੀਆਂ ਨੇ ਤੇ ਵਾਅਦੇ ਕਰਨ ਤੋਂ ਬਾਅਦ ਜਦੋਂ ਆਫਿਸ ਦੇ ਵਿੱਚ ਆਉਂਦੀਆਂ ਨੇ ਪਹਿਲੇ 2 ਸਾਲ ਤੱਕ ਖਜ਼ਾਨਾ ਖਾਲੀ ਦਾ ਰੋਲਾ ਪਾਉਂਦੇ ਰਹਿੰਦੇ ਆ ਬਿਲਕੁਲ ਫਿਰ ਕਹਿੰਦੇ ਰਹਿੰਦੇ ਆ ਵੀ ਉਹਨਾਂ ਦਾ ਹੋਰ ਤਾਣਾ ਬਾਣਾ ਬੁਣਦੇ ਰਹਿੰਦੇ ਆ ਤੇ ਆਖਰੀ 6 ਮਹੀਨਿਆਂ ਦੇ ਵਿੱਚ ਜਾ ਕੇ ਮੰਦਰ ਅੱਧ ਪਚਦੇ ਮੰਨਦੇ ਨਾਲ ਘੋਸ਼ਨਾਵਾਂ ਜਿਹੜੀਆਂ ਉਹਨਾਂ ਨੇ ਕੀਤੀਆਂ ਹੁੰਦੀਆਂ ਨੇ ਜਿਹੜੇ ਵਾਅਦੇ ਕੀਤੇ ਹੁੰਦੇ ਨੇ ਉਹ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਹੁੰਦੇ ਨਹੀਂ ਇਹਨਾਂ ਨੂੰ ਚੋਣ ਜਾਬਤਾ ਲੱਗ ਜਾਂਦਾ ਇਹ ਪਹਿਲੀ ਸਰਕਾਰ ਹੈ ਜਿਨੇ ਪਹਿਲੇ ਡੇਢ ਮਹੀਨੇ ਦੇ ਵਿੱਚ ਇੰਨੇ ਕੋਈ ਕੰਮ ਕਰਤੇ ਜਿੰਨੀਆਂ ਪਿਛਲੀਆਂ ਤੁਸੀਂ ਕੋਈ ਵੀ ਸਰਕਾਰ ਦਾ ਕੰਮ ਚੱਕ ਕੇ ਦੇਖ ਲਓ ਜਿਨ੍ਹਾਂ ਨੇ 5 ਸਾਲਾਂ ਚ ਨਹੀਂ ਕੀਤੇ ਹੋਣਗੇ ਔਰ ਦੂਸਰੀ ਗੱਲ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕੱਲੇ ਪੰਜਾਬ ਦੇ ਵਿੱਚ ਇਲੈਕਸ਼ਨ ਨਹੀਂ ਹੋਇਆ ਸੀ ਫਰਵਰੀ ਦੇ ਵਿੱਚ ਜੀ ਚਾਰ ਹੋਸਟ ਸਟੇਟਾਂ ਦੇ ਵਿੱਚ ਵੀ ਹੋਇਆ ਸੀ ਬਿਲਕੁਲ ਤੇ ਮਾਹੀ ਜੀ ਮੈਂ ਤੁਹਾਨੂੰ ਬੇਨਤੀ ਕਰਾਂਗਾ ਠੀਕ ਹੈ ਨਾ ਉਹਨਾਂ ਦੀ ਵੀ ਕਾਰਗੁਜ਼ਾਰੀ ਜਿਹੜੀ ਹੈ ਉਹ ਚੈੱਕ ਕਰ ਲੈਣਾ ਕਿ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਦੀ ਅਗਵਾਈ ਦੇ ਵਿੱਚ ਜਿਹੜੀ ਪਾਰਟੀ ਹੈ ਉਹਦੀ ਕਾਰਗੁਜ਼ਾਰੀ 45 ਦਿਨਾਂ ਦੀ ਕੀ ਹੈ ਤੇ ਬਾਕੀ ਸਰਕਾਰਾਂ ਦੀ ਕੀ ਹੈ ਤੁਸੀਂ ਆਪਣੇ ਆਪ ਜਨਨ ਕਿ ਇਸ ਚੀਜ਼ ਤੇ ਫਖਰ ਮਹਿਸੂਸ ਕਰੋਗੇ ਕਿ ਪੰਜਾਬੀ ਹੋਣ ਦੇ ਨਾਤੇ ਕਿ ਪੰਜਾਬ ਦੇ ਲੋਕਾਂ ਨੇ ਸਹੀ ਸਰਕਾਰ ਚੁਣੀ ਹੈ ਜੀ ਨੀਲ ਸਾਹਿਬ ਨੋਲਿਜ ਸ਼ੇਅਰ ਐਗਰੀਮੈਂਟ ਬਣਾਇਆ ਗਿਆ ਦਿੱਲੀ ਸਰਕਾਰ ਨਾਲ ਕੀ ਜ਼ਰੂਰਤ ਸੀ ਜੇ ਕਿਸੇ ਨੂੰ ਨੋਲਿਜ ਦੇਣੀ ਹੈ ਤਾਂ ਆਪਾਂ ਵਰਬਲੀ ਵੀ ਦੇ ਸਕਦੇ ਹਾਂ ਲੈ ਸਕਦੇ ਹਾਂ ਪਰ ਐਗਰੀਮੈਂਟ ਬਣਾਉਣ ਦਾ ਕੀ ਕੀ ਰੀਜ਼ਨ ਕੀ ਸੀ ਮੈਂ ਕਹਿੰਦਾ ਜੀ ਬੜਾ ਇਹ ਇਤਿਹਾਸਿਕ ਫੈਸਲਾ ਹੈ ਇਤਿਹਾਸਿਕ ਫੈਸਲਾ ਇਸ ਕਰਕੇ ਵੀ ਜਿਸ ਚੀਜ਼ ਦੀ ਪੰਜਾਬ ਨੂੰ ਜ਼ਰੂਰਤ ਸੀ ਹੂੰ ਕਈ ਸਾਲਾਂ ਤੋਂ ਜ਼ਰੂਰਤ ਸੀ ਉਹ ਜ਼ਰੂਰਤ ਹੁਣ ਪੂਰੀ ਹੋਏਗੀ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਕੀ ਹੈ ਹੂੰ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਹੈ ਅੱਛੀ ਗਵਰਨੈਂਸ ਪੰਜਾਬ ਦੇ ਲੋਕਾਂ ਨੂੰ ਚਾਹੀਦੇ ਨੇ ਅੱਛੇ ਸਕੂਲ ਪੰਜਾਬ ਦੇ ਲੋਕਾਂ ਨੂੰ ਚਾਹੀਦੇ ਨੇ ਅੱਛੇ ਹਸਪਤਾਲ ਤੇ ਜੇਕਰ ਇਸ ਨੂੰ ਸਿੱਖਣ ਵਾਸਤੇ ਕਿਤੇ ਵੀ ਜਾਣਾ ਪੈਂਦਾ ਹੈ ਕਿਸੇ ਨਾਲ ਵੀ ਐਗਰੀਮੈਂਟ ਕਰਨਾ ਪੈਂਦਾ ਤੇ ਮੈਨੂੰ ਲੱਗਦਾ ਭਗਵੰਤ ਮਾਨ ਦੀ ਸਰਕਾਰ ਮਿੰਟ ਲਾਉਗੀ ਉਹ ਦਿੱਲੀ ਮਾਡਲ ਤਾਂ ਇੱਕ ਇਸਟੈਬਲਿਸ਼ ਮਾਡਲ ਹੈ ਜਿੱਥੇ ਨਾ ਕੇਵਲ ਸਾਡੇ ਆਪਣੇ ਮੁਲਕ ਦੇ ਬਾਕੀ ਸੂਬੇ ਉੱਥੇ ਆਉਂਦੇ ਆ ਬਲਕਿ ਤੁਸੀਂ ਦੇਖਿਆ ਹੋਵੇਗਾ ਜਦੋਂ ਟਰੰਪ ਹਿੰਦੁਸਤਾਨ ਚ ਆਇਆ ਸੀ ਤੋ ਉਹਦੀ ਵਾਈਫ ਨੇ ਜੇਕਰ ਸਕੂਲ ਕੋਈ ਦੇਖਣਾ ਚਾਹਿਆ ਸੀ ਤਾਂ ਦਿੱਲੀ ਸਰਕਾਰ ਦਾ ਸਕੂਲ ਦੇਖਣਾ ਚਾਹਿਆ ਸੀ ਸੋ ਮੇਰਾ ਕਹਿਣ ਦਾ ਮਤਲਬ ਹੈ ਦਿੱਲੀ ਦੇ ਮੁਹੱਲਾ ਕਲੀਨਿਕਾਂ ਦੀ ਔਰ ਦਿੱਲੀ ਦੇ ਸਕੂਲਾਂ ਦੀ ਚਰਚਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹੁੰਦੀ ਹੈ ਤੇ ਉਹਨਾਂ ਦਾ ਜਿਹੜਾ ਐਕਸਪੀਰੀਅੰਸ ਹੈ ਉਹਨਾਂ ਦੇ ਅਧਿਕਾਰੀਆਂ ਦਾ ਜਿਹੜਾ ਐਕਸਪੀਰੀਅੰਸ ਹੈ ਉਹ ਐਕਸਪੀਰੀਅੰਸ ਦਾ ਫਾਇਦਾ ਲੈਂਦੇ ਹੋ ਜੇ ਪੰਜਾਬ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਤੇ ਹੈਲਥ ਦੇ ਵਿੱਚ ਵੱਡੇ ਸੁਧਾਰ ਹੋ ਸਕਦੇ ਤਾਂ ਕਿਉਂ ਨਾ ਲਈਏ ਵਿਰੋਧੀਆਂ ਦਾ ਕਹਿਣਾ ਹੈ ਕਿ ਜਿਹੜਾ ਇਹ ਐਗਰੀਮੈਂਟ ਹੋਇਆ ਇਹ ਸਿਰਫ ਦਿੱਲੀ ਦੇ ਜਿਹੜੇ ਕੇਜਰੀਵਾਲ ਸਾਹਿਬ ਹੈ ਉਹਨਾਂ ਦਾ ਪੰਜਾਬ ਦੇ ਆਫੀਸਰਸੇ ਦਬਦਬਾ ਰੱਖਣ ਵਾਸਤੇ ਇਹ ਐਗਰੀਮੈਂਟ ਕੀਤਾ ਗਿਆ ਜੇ ਖੁੱਲੇ ਸ਼ਬਦਾਂ ਵਿੱਚ ਕਹਿ ਲਿਆ ਜਾਵੇ ਤਾਂ ਦਿੱਲੀ ਦਾ ਰਾਜ ਪੰਜਾਬ ਵਿੱਚ ਚੱਲਣ ਲੱਗ ਗਿਆ ਮੈਨੂੰ ਸਮਝ ਤੋਂ ਪਰੇ ਹੈ ਵੀ ਇਹ ਲੋਕ ਜਿਨ੍ਹਾਂ ਨੂੰ ਬੁਰੀ ਤਰ੍ਹਾਂ ਪੰਜਾਬ ਦੇ ਲੋਕਾਂ ਦੀ ਨਕਾਰਤਾ ਉਸ ਦੇ ਉੱਤੇ ਕੋਈ ਮੰਥਨ ਕਰਦੇ ਸੋਚਦੇ ਵੀ ਕਿਉਂ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਬੁਰੀ ਤਰ੍ਹਾਂ ਨਾਲ ਨਿਕਾਰਿਆ ਉਹਨਾਂ ਉਲੂ ਜਲੂਲ ਬਿਨਾਂ ਪੈਰ ਸਿਰ ਦੇ ਇਲਜ਼ਾਮ ਹੁਣ ਅਕਾਲੀ ਦਲ ਬਾਦਲ ਦੀ ਜਦੋਂ ਸਰਕਾਰ ਸੀ ਇਹਨਾਂ ਨੇ ਤੁਸੀਂ ਦੇਖੋ ਚੈਨਾ ਵੀ ਗਏ ਇਹ ਇਜ਼ਰਾਈਲ ਵੀ ਗਏ ਇਹਨੇ 온ਟਾਰੀਓ ਦੇ ਨਾਲ ਜਿਹੜੀ ਕਿ ਐਗਰੀਮੈਂਟ ਵੀ ਕੀਤਾ ਤੇ ਫਿਰ ਅਸੀਂ ਇਹਦਾ ਮਤਲਬ ਇਹ ਕਹਿ ਦਈਏ ਕਿ ਜਿਹੜੀ ਪੰਜਾਬ ਦੀ ਸਰਕਾਰ ਸੀ ਉਹਨਾਂ ਵੇਲੇ ਉਹ ਚਾਈਨਾ ਤੋਂ ਚੱਲਦੀ ਸੀ ਇਜ਼ਰਾਈਲ ਤੋਂ ਚੱਲਦੀ ਸੀ ਜਾਂ 온ਟਾਰੀਓ ਦੇ ਅੱਗੇ ਘੁਟਨੇ ਟੇਕਤੇ ਯਾਰ ਕਿਆ ਗੱਲ ਕਰਦੇ ਹੋ ਤੁਸੀਂ ਥੋਨੋਂ ਤੇ ਬਸ ਬੇਸਿਕਲੀ ਖੁਸ਼ ਹੋਣਾ ਚਾਹੀਦਾ ਕਿ ਜਿਹੜੇ ਕੰਮ ਤੁਸੀਂ ਨਹੀਂ ਕਰ ਸਕਦੇ ਮੈਨੂੰ ਨਹੀਂ ਪਤਾ ਤੁਹਾਡੀਆਂ ਰਾਜਨੀਤਿਕ ਮਜਬੂਰੀਆਂ ਕੀ ਸੀ ਜੇਕਰ ਅੱਜ ਉਹ ਕੰਮ ਆਵਾਜ਼ ਦੀ ਪਾਰਟੀ ਦੀ ਸਰਕਾਰ ਕਰ ਰਹੀ ਹੈ ਪੰਜਾਬ ਦੇ ਭਲੇ ਲਈ ਕਰ ਰਹੀ ਹੈ ਤਾਂ ਉਹਨੂੰ ਐਪਰੀਸ਼ੀਏਟ ਕਰਨ ਦੀ ਬਜਾਏ ਤੁਸੀਂ ਇਸ ਤਰ੍ਹਾਂ ਦੇ ਬਿਆਨ ਪੈਰਸਰਦੇ ਜਾਨੀ ਕਿ ਇਲਜ਼ਾਮ ਲਗਾ ਰਹੇ ਹੋ ਸੋ ਇਸ ਕਰਕੇ ਜਿਹੜੇ ਵਿਰੋਧੀ ਕੀ ਕਹਿੰਦੇ ਬਹੁਤਾ ਮਾਇਨੇ ਨਹੀਂ ਰੱਖਦੇ ਮੈਂ ਪਹਿਲਾਂ ਵੀ ਕਿਹਾ ਮੈਨੇ ਇਹ ਰੱਖਦਾ ਤੁਸੀਂ ਪੰਜਾਬ ਦੇ ਲੋਕਾਂ ਦੀ ਰਾਏ ਲੈ ਕੇ ਦੇਖੋ ਪੰਜਾਬ ਦੇ ਲੋਕ ਕੀ ਕਹਿੰਦੇ ਆ ਜਿਨ੍ਹਾਂ ਨੇ ਆਵਾਜ਼ ਦੀ ਪਾਰਟੀ ਦੀ ਸਰਕਾਰ ਨੂੰ ਚੁਣਿਆ ਹੈ ਪਿਛਲੇ ਜਿਹੜੀ ਪਿੱਛੇ ਆ ਰਿਪੋਰਟ ਆਈ ਹੈ 47 ਦਿਨ ਸਰਕਾਰ ਬਣੀ ਨੂੰ ਹੋਈ ਹੈ ਹਲੇ ਤੇ 7000 ਕਰੋੜ ਦਾ ਕਰਜ਼ਾ ਲੈ ਲਿਆ ਗਿਆ ਐ ਇੰਨਾ ਖਰਚਾ ਹੋ ਚੁੱਕਿਆ ਹੈ ਤੁਹਾਨੂੰ ਨਹੀਂ ਲੱਗਦਾ ਕਿ ਜੇ 47 ਦਿਨਾਂ ਵਿੱਚ 7000 ਕਰੋੜ ਦਾ ਖਰਚਾ ਆ ਜਾਂ ਇੰਨਾ ਕਰਜ਼ਾ ਲੈ ਲਿਆ ਗਿਆ ਤਾਂ ਅਗਲੇ 5 ਸਾਲਾਂ ਵਿੱਚ ਕਿੰਨਾ ਕਰਜ਼ਾ ਸਿਰ ਚੜਨਾ ਹੈ ਇਹ ਬਿਲਕੁਲ ਗਲਤ ਖਬਰ ਹੈ ਇਹ ਵਿੱਚ ਕੋਈ ਸਚਾਈ ਨਹੀਂ ਹੈਗੀ ਆਮ ਆਦੀ ਪਾਰਟੀ ਦੀ ਸਰਕਾਰ ਨੇ ਕੋਈ ਕਰਜ਼ਾ ਨਹੀਂ ਲਿਆ ਪਰ ਇਹ ਹੋ ਸਕਦਾ ਹੈ ਕੋਈ ਪੁਰਾਣੀ ਸਰਕਾਰ ਨੇ ਜੇ ਕੋਈ ਕਰਜ਼ਾ ਪਹਿਲਾਂ ਅਪਲਾਈ ਕੀਤਾ ਹੋਵੇ ਜੇ ਕੋਈ ਉਹ ਮਿਲ ਗਿਆ ਹੋਵੇ ਮੇਰੀ ਜਾਣਕਾਰੀ ਜਿੰਨੀ ਹੈ ਔਰ ਆਮ ਆਦੀ ਪਾਰਟੀ ਨੇ ਬਿਲਕੁਲ ਤਹਈਆ ਕੀਤਾ ਹੋਇਆ ਹੈ ਇਹਨਾਂ 5 ਸਾਲਾਂ ਦੇ ਵਿੱਚ ਅਸੀਂ ਜਿਹੜੀਆਂ ਗਰੰਟੀਆਂ ਲੋਕਾਂ ਨੂੰ ਦਿੱਤੀਆਂ ਉਹ ਵੀ ਪੂਰੀਆਂ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਕਰਜ਼ੇ ਨੂੰ ਉਤਾਰਨ ਦੀ ਪੰਜਾਬ ਦੇ ਲੋਕ ਕਹਿੰਦੇ ਆ ਕਿ ਭਗਵੰਤ ਮਾਨ ਸਿਰਫ ਐਲਾਨਵੰਤ ਹੈ ਕੋਈ ਵੀ ਜਿਹੜੀ ਗਰੰਟੀ ਹੈ ਉਹ ਪੂਰੀ ਨਹੀਂ ਕੀਤੀ ਗਈ ਹੈ ਪੰਜਾਬ ਦੇ ਲੋਕ ਬਹੁਤ ਜ਼ਿਆਦਾ ਖੁਸ਼ ਨੇ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਨਹੀਂ ਹੈਗਾ ਮਾਹੀ ਮੈਡਮ ਤੇ ਇਹ ਜਨਨ ਕਿ ਵਿਰੋਧੀ ਤਾਂ ਐਲਾਨਵੰਤ ਕੌਣ ਕਹਿੰਦਾ ਹੈਗਾ ਉਹ ਜਿਹੜੇ ਅੱਜ ਤੱਕ ਕੁਝ ਵੀ ਨਹੀਂ ਕਰ ਸਕਦੇ ਜਿਹਨਾਂ ਨੇ ਪੰਜਾਬ ਨੂੰ ਬਰਬਾਦ ਕਰਤਾ ਉਹ ਲੋਕ ਜਿਨ੍ਹਾਂ ਨੇ ਪੰਜਾਬ ਨੂੰ ਨਸ਼ੇ ਦੀ ਦਲਦਲ ਵਿੱਚ ਧੱਕਤਾ ਉਹ ਲੋਕ ਜਿਨ੍ਹਾਂ ਨੇ ਪੰਜਾਬ ਨੂੰ ਬੇਰਜ਼ਗਾਰੀ ਦੀ ਦਲਦਲ ਵਿੱਚ ਧੱਕਤਾ ਉਹ ਲੋਕ ਜਿਨ੍ਹਾਂ ਨੇ ਪੰਜਾਬ ਦੇ ਜੁਮੇ 3 ਲੱਖ ਤੋਂ ਵੱਧ ਕੁਲ 3 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਝੜਾਤਾ ਉਹ ਕਹਿੰਦੇ ਆ ਅੱਜ ਹੀ ਜਾਨੀ ਕਿ ਕੈਬਨਿਟ ਦੀ ਮੀਟਿੰਗ ਹੋ ਕੇ ਹਟੀ ਹੈ ਉਸ ਮੀਟਿੰਗ ਦੇ ਵਿੱਚ ਮੋਹਰ ਲਾਈ ਹੈ ਕੈਪਟਨ ਨੇ 26454 ਪੋਸਟਾਂ ਦੇ ਉੱਤੇ ਜਿਹੜੀ ਕਿ ਵੱਖ-ਵੱਖ ਵਿਭਾਗਾਂ ਦੀਆਂ ਪੋਸਟਾਂ ਨੇ ਬਕਾਇਦਾ ਪੋਸਟਾਂ ਦੀ ਕਿਹੜੇ ਵਿਭਾਗ ਵਿੱਚ ਕਿਹੜੇ ਲੈਵਲ ਦੀ ਕਿਹੜੀ ਨੌਕਰੀ ਹੈ ਉਹ ਗਿਣਤੀ ਦੀ ਸੀ ਗਈ ਹੈ ਤੇ ਜਿਹੜਾ ਹੋਮ ਡਿਲੀਵਰੀ ਰਾਸ਼ਨ ਦੀ ਦੇਣੀ ਸੀ ਉਹਦੇ ਤੇ ਅੱਜ ਮੋਹਰ ਲਗਾ ਦਿੱਤੀ ਹੈਗੀ ਹੈ ਇੱਕ ਪੋਰਟਲ ਲਾਂਚ ਕਰ ਦਿੱਤਾ ਗਿਆ ਉਸ ਪੋਰਟਲ ਦੇ ਵਿੱਚ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰੀ ਹੋ ਰਿਹਾ ਕਿ ਆਮ ਲੋਕਾਂ ਦੀ ਚੁਣੀ ਹੋਈ ਸਰਕਾਰ ਆਪਣਾ ਜਦੋਂ ਬਜਟ ਬਣਾਉਣਾ ਹੈਗਾ ਆਮ ਲੋਕਾਂ ਦੀ ਵਿੱਚ ਸ਼ਮੂਲੀਅਤ ਮੰਗ ਰਹੀ ਹੈ ਲੋਕ ਆਨਲਾਈਨ 10 ਮਈ ਤੱਕ ਆਪਣੀ رائے ਉਸ ਦੇ ਵਿੱਚ ਦੇ ਸਕਦੇ ਆ ਔਰ ਨੇਚਰਲੀ ਇਹ ਪਹਿਲਾ ਬਜਟ ਹੋਏਗਾ ਜਿਹਦੇ ਵਿੱਚ ਲੋਕਾਂ ਦੀ ਆਮ رائے ਹੋਏਗੀ ਔਰ ਸਭ ਤੋਂ ਵੱਡੀ ਗੱਲ ਜਿਹੜਾ ਹੈਗਾ ਜਿਹੜਾ ਉਹਦੋਂ ਐਲਾਨ ਕੀਤਾ ਸੀ ਇੱਕ ਐਮਐਲਏ ਇੱਕ ਪੈਨਸ਼ਨ ਜਿਹੜਾ ਉਸ ਨੂੰ ਅੱਜ ਜਿਹੜਾ ਹੈਗਾ ਕੈਬਨਟ ਦੀ ਮੀਟਿੰਗ ਦੇ ਵਿੱਚ ਉਸਤੇ ਮੋਹਰ ਲੱਗ ਚੁੱਕੀ ਹੈ ਕੋਈ ਐਲਾਨ ਨਹੀਂ ਹੈਗੇ ਸਾਰੇ ਮੋਹਰ ਲਾ ਰਹੇ ਆ ਔਰ ਦੂਸਰੀ ਗੱਲ ਐਲਾਨ ਉਹ ਕਰਦੇ ਹੁੰਦੇ ਜਿਨ੍ਹਾਂ ਨੇ ਆਖਰੀ ਸਾਲ ਚ ਕੰਮ ਕਰਨਾ ਹੁੰਦਾ ਹੁਣ ਤੁਸੀਂ ਪਹਿਲੇ ਮਹੀਨੇ ਜੇਕਰ ਤੁਸੀਂ ਇਹ ਚੀਜ਼ ਦੀ ਘੋਸ਼ਣਾ ਕਰਦੇ ਹੋ ਇਕੱਲੇ ਐਲਾਨ ਨਾਲ ਤੁਸੀਂ ਕੰਮ ਕਿਵੇਂ ਚਲਾ ਲੋਗੇ ਸੋ ਇਹ ਸਾਰਿਆਂ ਨੂੰ ਆਪਣੇ ਵਰਗੇ ਸਮਝਦੇ ਆ ਜਿਹੜੇ ਵਿਰੋਧੀ ਪਾਰਟੀਆਂ ਹੈਗੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਇਹਨਾਂ ਦੀ ਸਰਕਾਰ 'ਚ ਜ਼ਮੀਨ ਸਮਾਨ ਦਾ ਅੰਤਰ ਹੈਗਾ ਆਮ ਆਦਮੀ ਪਾਰਟੀ ਨੇ ਚਾਹੇ ਉਹ ਬਿਜਲੀ ਦੀ ਗੱਲ ਹੋਵੇ ਆਲਰੇਡੀ ਕੋਸ਼ਿਸ਼ ਕਰ ਚੁੱਕੇ ਆ ਕਿ 1 ਜੁਲਾਈ ਤੋਂ ਲਾਗੂ ਹੋਏਗੀ ਡੇਟ ਦੇ ਚੁੱਕੇ ਆ ਠੀਕ ਹੈ ਨਾ ਨੌਕਰੀਆਂ ਦਾ ਮੈਂ ਤੁਹਾਨੂੰ ਦੱਸ ਦਿੱਤਾ ਹੈਗਾ 1 ਮੈਂ ਪੈਨਸ਼ਨ 1 ਐਮਐਲ ਆਲਰੇਡੀ ਮੈਂ ਤੁਹਾਨੂੰ ਦੱਸ ਦਿੱਤਾ ਹੈਗਾ ਤੇ ਹੋਮ ਡਿਲੀਵਰੀ ਦਾ ਮੈਂ ਤੁਹਾਨੂੰ ਆਲਰੇਡੀ ਦੱਸ ਦਿੱਤਾ ਹੈਗਾ ਤੁਸੀਂ ਦੱਸੋ ਮੈਨੂੰ ਕਿਹੜਾ ਨਾਮ ਰਹਿ ਗਿਆ ਜੀ ਬਿਲਕੁਲ ਝੋਨੇ ਦੀ ਵਿਜਾਈ ਤੇ ਕੀ ਹੈ ਸਰਕਾਰ ਨੇ ਕਿ 1500 ਰੁਪਏ ਪਰ ਏਕੜ ਦੇ ਹਿਸਾਬ ਨਾਲ ਦੇਵਾਂਗੇ ਦੂਸਰੇ ਪਾਸੇ ਜਿਹੜੇ ਕਿਸਾਨ ਹੈ ਉਹ ਕਿਤੇ ਕਹਿ ਰਹੇ ਆ 5000 ਤੋਂ ਲੈ ਕੇ 10000 ਤੱਕ ਸਾਨੂੰ ਵਿਜਾਈ ਦਾ ਦਿੱਤਾ ਜਾਵੇ ਪਰ ਲੱਗਦਾ ਨਹੀਂ ਹੈਗਾ ਕਿ ਜਾਂ ਤਾਂ ਕਿਸਾਨਾਂ ਨਾਲ ਮੀਟਿੰਗ ਕਰ ਲਈਤੀ ਜਾਵੇ ਜਾਂ ਉਹਨਾਂ ਦਾ ਇਹ ਮਸਲਾ ਹੱਲ ਕਿਉਂ ਨਹੀਂ ਹੋ ਰਿਹਾ ਦੇਖੋ ਬਿਲਕੁਲ ਮਸਲੇ ਹੱਲ ਹੋਣਗੇ ਔਰ ਨੇਚਰਲੀ ਹੈ ਸਾਡਾ ਪਾਣੀ ਬਹੁਤ ਥੱਲੇ ਜਾ ਚੁੱਕਿਆ ਹੈਗਾ ਡਾਇਰੈਕਟ ਜਿਹੜੀ ਬਜਾਈ ਹੈਗੀ ਹੈ ਮਾਹਰ ਵੀ ਉਹਦੇ ਵੀ ਹਮਾਇਤ ਕਰ ਰਹੇ ਆ ਉਹਦੀ ਜ਼ਰੂਰਤ ਹੈਗੀ ਹੈ ਔਰ ਇਹ ਜਿਹੜੇ 1500 ਰੁਪਏ ਇਹ ਜਿਹੜਾ ਬੇਸਿਕਲੀ ਇਹ ਟੈਕਨੋਲੋਜੀ ਦੀ ਹੈਲਪ ਵਾਸਤੇ ਹੈਗਾ ਜਿਹੜੀ ਟੈਕਨੋਲੋਜੀ ਕਿਸਾਨਾਂ ਨੇ ਵਰਤਣੀ ਹੈਗੀ ਹੈ ਔਰ ਦੂਸਰੀ ਗੱਲ ਜਿਹੜੀ ਡਾਇਰੈਕਟ ਬਜਾਈ ਦੇ ਨਾਲ ਜਿਹੜਾ ਹੁਣ ਤੱਕ ਦਾ ਤਜਰਬਾ ਰਿਹਾ 5 ਤੋਂ ਲੈ ਕੇ 7% ਜਿਹੜਾ ਝਾੜ ਹੈ ਉਹ ਵੱਧ ਹੈ ਉਹ ਕੋ ਘਟਦਾ ਨਹੀਂ ਹੈਗਾ ਸੋ ਮੈਂ ਸਮਝਦਾ ਕਿ ਪੰਜਾਬ ਦੇ ਜਿਹੜੇ ਸੂਬੇ ਦੇ ਹਾਲਾਤ ਹੈ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਹਾਲਾਤ ਕੀਤੇ ਹੋਏ ਨੇ ਇਸ ਹਾਲਾਤਾਂ ਦੇ ਵਿੱਚ 1500 ਰੁਪਿਆ ਜਿਹੜਾ ਇੱਕ ਜਾਨੀ ਕਿ ਹੈਲਪ ਕੀਤੀ ਜਾ ਰਹੀ ਹੈ ਪ੍ਰਤੀ ਏਕੜ ਉਹ ਬਹੁਤ ਉਹ ਜਾਨੀ ਕਿ ਵਧੀਆ ਹੈਗੇ ਔਰ ਬਹੁਤ ਸਾਰੇ ਲੋਕ ਉਸ ਨੂੰ ਐਪਰੀਸ਼ੀਏਟ ਕਰ ਰਹੇ ਨੇ ਹੋ ਸਕਦਾ ਜਾਨੀ ਕਿ ਜਿਹੜਾ ਹੈਗਾ ਆਉਣ ਵਾਲੇ ਦਿਨਾਂ ਚ ਜੇ ਖਜ਼ਾਨੇ ਦੀ ਹਾਲਾਤ ਹੋਰ ਸੁਧਰੂਗੀ ਤਾਂ ਨੈਚੁਰਲੀ ਇਹ ਲੋਕਾਂ ਦੀ ਸਰਕਾਰ ਹੈ ਹੋਰ ਵੀ ਹੈਲਪ ਹੋ ਸਕਦੀ ਹੈ ਔਰ ਅੱਜ ਦੇ ਹਾਲਾਤਾਂ ਦੇ ਵਿੱਚ 1500 ਦੀ ਜਿਹੜੀ ਹੈਲਪ ਹੈ ਬਹੁਤ ਵੱਡੀ ਹੈਲਪ ਹੈਗੀ ਹੈ ਮਹਾਰਵੀ ਦੇ ਹੱਕ 'ਚ ਨੇ ਔਰ ਆਮ ਜਿਹੜਾ ਕਿਸਾਨ ਹੈ ਉਹ ਵੀ ਇਹਦੇ ਹੱਕ 'ਚ ਹੈ ਗਰਖਸਾ ਬੇਤਾ ਗੱਲ ਹੋ ਗਈ ਕਿਸਾਨਾਂ ਦੀ ਦੂਜੇ ਪਾਸੇ ਉਹ ਲੋਕ ਨੇ ਜਿਹੜੇ ਬਿਜਾਈ ਕਰਕੇ ਹੱਥੀ ਬਿਜਾਈ ਕਰਕੇ ਆਪਣਾ ਕੀਤਾ ਕਰਦੇ ਰੋਜ਼ਗਾਰ ਹੈ ਫਿਰ ਉਹਨਾਂ ਬਾਰੇ ਸਰਕਾਰ ਨੇ ਕਿਉਂ ਨਹੀਂ ਸੋਚਿਆ ਨੇ ਦੇਖੋ ਸਾਰਿਆਂ ਦੇ ਰੋਜ਼ਗਾਰ ਬਾਰੇ ਸਰਕਾਰ ਸੋਚਦੀ ਐ ਤੁਸੀਂ ਮਤਲ ਅੱਜ ਜੁਮਾ ਜੁਮਾ ਹਾਲੇ 45 ਦਿਨ ਸਰਕਾਰ ਨੂੰ ਬਣੇ ਹੋਏ ਐ ਔਰ ਜਿਸ ਤਰੀਕੇ ਨਾਲ ਸਰਕਾਰ ਕੰਮ ਕਰ ਰਹੀ ਐ ਔਰ ਭਗਵੰਤੂਮਾਨ ਨੇ ਵੀ ਜਿਸ ਤਰੀਕੇ ਨਾਲ ਸੋਸ਼ਲ ਮੀਡੀਆ ਤੇ ਵੀ ਲਾਈਵ ਹੋ ਕੇ ਆਖਿਆ ਸੀ ਫੇਸਬੁੱਕ ਪੋਸਟ ਦੇ ਵਿੱਚ ਵੀ ਆਖਿਆ ਸੀ ਟਾਈਮ ਚਾਹੀਦਾ ਜਿਹੜਾ ਰੋਮ ਐ ਉਹ ਇੱਕ ਦਿਨ ਚ ਬਿਲਟ ਨਹੀਂ ਹੁੰਦਾ ਹੁੰਦਾ ਉਹਦੇ ਲਈ ਟਾਈਮ ਚਾਹੀਦਾ ਲੋਕਾਂ ਨੇ ਮੰਡਟ ਸਾਨੂੰ 5 ਸਾਲਾਂ ਦੇ ਦਿੱਤਾ ਅਸੀਂ ਤਾਂ ਪਹਿਲੇ ਮਹੀਨੇ ਤੋਂ ਯਾਨੀ ਕਿ ਐਕਸ਼ਨ ਤੇ ਮਿਸ਼ਨ ਫੋਰਮ ਦੇ ਵਿੱਚ ਹੈਗੇ ਮਾਨ ਸਾਹਿਬ ਕਹਿੰਦੇ ਸੀ ਜਦੋਂ ਹੀ ਸਾਡੀ ਸਰਕਾਰ ਆ ਗਈ ਐ ਅਸੀਂ ਐਕਸ਼ਨ ਤੇ ਐਕਸ਼ਨ ਲਵਾਂਗੇ ਨਾਲ ਦੀ ਨਾਲ ਕੰਮ ਹੋਣਗੇ 1000 ਰੁਪਿਆ ਜਿਹੜਾ ਹੈਗਾ ਉਹ ਮੇਰੇ ਖਾਤੇ ਵਿੱਚ ਕਦੋਂ ਆਏਗਾ ਮੈਡਮ ਪਤਾ ਨਹੀਂ ਹੁਣ ਤੁਸੀਂ ਕਿਹੜੀ ਦੁਨੀਆ ਚ ਰਹਿੰਦੇ ਹੋ ਮੈਨੂੰ ਤਾਂ ਲੱਗਦਾ ਪੰਜਾਬ ਛੇ ਤੁਸੀਂ ਰਹਿੰਦੇ ਨਹੀਂ ਐਕਸ਼ਨ ਤੇ ਐਕਸ਼ਨ ਹੋਈ ਤਾਂ ਜਾ ਰਿਹਾ ਹੈਗਾ ਪਹਿਲੇ ਦਿਨੋਂ ਮਿਸ਼ਨ ਮੋਡ ਦੇ ਵਿੱਚ ਸਰਕਾਰ ਆਈ ਸੀ ਸਾਰੀ ਔਰਤਾਂ ਵੇਟ ਕਰ ਰਹੀਆਂ ਸਰ 1000 ਰੁਪਏ ਉਹਨਾਂ ਦੇ ਅਕਾਊਂਟ ਚ ਆਊਗਾ ਕਰੇਗਾ ਉਹ ਆਊਗਾ ਉਹ ਵੀ ਆਊਗਾ ਚਿੰਤਾ ਨਾ ਕਰੋ ਅਗਲੇ ਪਿਛਲੇ ਦਿਨੀ ਜਾਨਕਿ ਬੀਬੀ ਜਾਨਕਿ ਡਾਕਟਰ ਬਲਜੀਤ ਘੋੜ ਜਿਹੜੇ ਕਿ ਵਾਲ ਵਿਕਾਸ ਵਿਭਾਗ ਦੇ ਮੰਤਰੀ ਨੇ ਉਹਨਾਂ ਨੇ ਐਲਾਨ ਵੀ ਕੀਤਾ ਔਰ 2-3 ਮਹੀਨਿਆਂ ਤੱਕ ਜਨਕ ਆਉਣਾ ਸ਼ੁਰੂ ਹੋ ਜਾਊਗਾ ਸਰਕਾਰ ਦੇ ਜਿਹੜੇ ਹਾਲਾਤ ਨੇ ਤੁਸੀਂ ਦੇਖੋ ਕੋਈ ਸੋਚ ਸਕਦਾ ਸੀ ਕਿ ਬਿਜਲੀ 1 ਜੁਲਾਈ ਨੂੰ ਫਰੀ ਕਰ ਦੇਾਂਗੇ ਹੂੰ ਕੋਈ ਸੁਪਨਾ ਲੈ ਸਕਦਾ ਸੀ ਕਹਤਾ ਨਾ ਕਰਤਾ ਨਾ ਲਾਣ ਉਹ ਵੀ ਕਰ ਦੇਾਂਗੇ ਜਿਹੜੇ ਵਿਰੋਧੀ ਐ ਸਭ ਤੋਂ ਪਹਿਲਾਂ ਉਹ ਬਿਜਲੀ ਦੇ ਮੁੱਦੇ ਨੂੰ ਲੈ ਕੇ ਸਰਕਾਰ ਨੂੰ ਘੇਰ ਲੈਂਦੇ ਆ ਕੱਟ ਤੇ ਕੱਟ ਲੱਗ ਰਿਹਾ ਲੋਕਾਂ ਦਾ ਕਹਿਣਾ ਕਿ ਇੰਨੇ ਕੱਟ ਤਾਂ ਪਹਿਲਾਂ ਸਰਕਾਰਾਂ ਚ ਨਹੀਂ ਲੱਗੇ ਜਿੰਨੇ ਹੁਣ ਕੱਟ ਲੋਕ ਜਮਾ ਹੋ ਰਹੇ ਆਗੇ ਧਰਨੇ ਲਾ ਰਹੇ ਆਗੇ ਇਹ ਮੁੱਦੇ ਕਦੋਂ ਖਤਮ ਹੋਣਗੇ ਮੈਡਮ ਜਿਹੜਾ ਇਹ ਅੱਜ ਬਿਜਲੀ ਦੇ ਸ਼ਾਰਟੇਜ ਦਾ ਮੁੱਦਾ ਹੈ ਕੱਲੇ ਪੰਜਾਬ ਦਾ ਮੁੱਦਾ ਨਹੀਂ ਪੂਰੇ ਹਿੰਦੁਸਤਾਨ ਦਾ ਮੁੱਦਾ ਹੈਗਾ ਮੈਂ ਤੁਹਾਨੂੰ ਦੱਸ ਦੇ ਅੱਜ 16 ਸੂਬੇ ਐਸੇ ਐ ਜਿੱਥੇ ਬਿਜਲੀ ਦੀ ਡਿਮਾਂਡ ਤੇ ਸਪਲਾਈ ਦਾ ਜਮੀਨ ਉਸਮਾਨ ਦਾ ਅੰਤਰ ਹੈ ਔਰ ਜ਼ਿਆਦਾਤਰ ਸੂਬੇ ਉਹ ਐ ਜਿਹੜੇ ਭਾਜਪਾ ਜਿੱਥੇ ਰਾਜ ਹੈਗੀ ਐ ਕਾਂਗਰਸ ਦੇ ਸਾਥੀ ਸੂਬੇ ਵੀ ਹੈਗੀ ਐ ਪੰਜਾਬ ਵੀ ਉਹਨਾਂ ਦੇ ਵਿੱਚੋਂ ਇੱਕ ਹੈਗਾ ਤੁਸੀਂ ਪੰਜਾਬ ਦੇਖ ਲਓ ਹਿਮਾਚਲ ਦੇਖ ਲਓ ਹਰਿਆਣਾ ਦੇਖ ਲਓ ਰਾਜਸਥਾਨ ਦੇਖ ਲਓ ਕਰਨਾਟਕਾ ਦੇਖ ਲਓ ਮਹਾਰਾਸ਼ਟਰ ਦੇਖ ਲਓ ਛੱਤੀਸਗੜ ਦੇਖ ਲਓ ਝਾਰਖੰਡ ਦੇਖ ਲਓ ਤੁਸੀਂ ਦੱਸੋ ਕਿਹੜੇ ਮੁਲਕ ਉਸ ਸੂਬੇ ਟਾ ਪਰ ਰਿਆ ਸੀ ਕਿ ਪਿਛਲੇ ਜਨਨ ਕਿ ਹਫਤੇ ਦੀ ਗੱਲ ਆ ਕਿ ਐਤਵਾਰ ਨੂੰ ਜਿਹੜੀ ਡਿਮਾਂਡ ਤੇ ਸਪਲਾਈ ਦੀ ਜੇ ਮੈਂ 올 ਇੰਡੀਆ ਦੀ ਗੱਲ ਕਰਾਂ 2.82 ਗੀਗਾਵਾਟ ਦੀ ਡਿਫਰੈਂਸ ਸੀ ਸਪਲਾਈ ਤੇ ਡਿਮਾਂਡ ਦੇ ਵਿੱਚ ਠੀਕ ਹੈ ਨਾ ਐਤਵਾਰ ਨੂੰ ਤੇ ਮੰਗਲਵਾਰ ਨੂੰ ਕਿੰਨਾ ਸੋਮਵਾਰ ਨੂੰ ਕਿੰਨਾ ਹੋ ਗਿਆ 5.82 ਤੇ ਬੁੱਧਵਾਰ ਨੂੰ ਕਿੰਨਾ ਮੰਗਲ ਮੰਗਲਵਾਰ ਨੂੰ ਕਿੰਨਾ ਹੋ ਗਿਆ 8. ਸਮਥਿੰਗ ਤੇ ਬੁੱਧਵਾਰ ਨੂੰ ਕਿੰਨਾ ਹੋ ਗਿਆ 10.22 ਔਰ ਵੀਰਵਾਰ ਤੱਕ ਪਹੁੰਚਦੇ ਪਹੁੰਚਦੇ ਉਹ 10.79 ਗੀਗਾਵਾਟ ਦਾ ਡਿਫਰੈਂਸ ਪੈ ਗਿਆ ਇਕੱਲੇ ਪੰਜਾਬ ਦਾ ਡਿਫਰੈਂਸ ਨਹੀਂ ਹੈਗਾ ਔਰ 40% ਡਿਮਾਂਡ ਜਿਹੜੀ ਹੈ ਉਹ ਇੱਕ ਹਫਤੇ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਵਧ ਗਈ ਜੇ ਮੈਂ ਜੁੰਡਾਂ ਦੇ ਵਿੱਚ ਕਨਵਰਟ ਕਰਕੇ ਤੁਹਾਨੂੰ ਦੱਸਾਂ ਤੇ 623 ਮਿਲੀਅਨ ਜੁਨਟ ਜਿਹੜੀ ਹੈ ਉਹ ਘੱਟ ਬਿਜਲੀ ਪੈਦਾ ਹੋ ਰਹੀ ਹੈ ਔਰ ਖਾਸ ਕਰਕੇ ਜਿਹੜੇ ਇਹਦੇ ਦੋ ਹੀ ਰੀਜ਼ਨ ਨੇ ਇੱਕ ਤਾਂ ਮੇਰਾ ਇੱਕ ਤਾਂ ਵੱਧ ਜਾਣਾ ਔਰ ਦੂਸਰਾ ਜਿਹੜੀ ਕੋਲੇ ਦੀ ਸਪਲਾਈ ਜਿਹੜਾ ਹੈਗਾ ਉਹ ਪ੍ਰਭਾਵਿਤ ਹੋਣਾ ਔਰ ਇਸ ਦੇ ਲਈ ਸਿੱਧੇ ਤੌਰ ਤੇ ਜੇ ਕੋਲੇ ਦੀ ਸਪਲਾਈ ਦੀ ਗੱਲ ਕਰਾਂ ਤਾਂ ਸੈਂਟਰ ਸਰਕਾਰ ਜ਼ਿੰਮੇਵਾਰ ਹੈ ਸੋ ਇਸ ਕਰਕੇ ਪੰਜਾਬ ਉਸ ਤੋਂ ਅਚੂਤਾ ਨਹੀਂ ਹੈ ਪਰ ਫਿਰ ਵੀ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਹੋਣਾ ਸਾਡੇ ਬਿਜਲੀ ਮੰਤਰੀ ਲਗਾਤਾਰ ਐਕਟਿਵ ਫਾਰਮ ਦੇ ਵਿੱਚ ਹੈਗੇ ਰੋਜ਼ ਕਿਸੇ ਨਾ ਕਿਸੇ ਥਰਮਲ ਪਲੈਂਟ ਦਾ ਦੌਰਾ ਕਰ ਰਿਹਾ ਔਰ ਪੰਜਾਬ ਦੇ ਵਿੱਚ ਤੁਸੀਂ ਅੱਜ ਤੁਹਾਨੂੰ ਹੈਰਾਨੀ ਹੋਏਗੀ ਜੇ ਕੱਲ ਰਾਤੀ ਇੱਕ ਜਿਹੜਾ ਹੈਗਾ ਜਿਹਨੂੰ ਟ੍ਰਿਪ ਕਰ ਗਿਆ ਸੀ ਸਵੇਰ ਹੁੰਦੇ ਹੁੰਦੇ ਚੱਲ ਪਿਆ ਸੀ 15 ਦੇ ਵਿੱਚੋਂ 12 ਜਿਹੜੇ ਜੁਨਿਟਸ ਨੇ ਇੱਕਦਮ ਪਰਫੈਕਟ ਜਿਹਨਾਂ ਦੇ ਕੰਮ ਕਰ ਰਹੇ ਆ ਔਰ ਜਿਹੜੇ ਬਾਕੀ ਦੇ 2 ਜਾਂ 3 ਜੁਰੰਡੇ ਅੰਡਰ ਪ੍ਰੋਸੈਸ ਨੇਗੇ ਉਹ ਵੀ ਇਕਦਿਨ ਚੱਲ ਪੈਣਗੇ ਸੋ ਮੇਰੇ ਕਹਿਣ ਦਾ ਮਤਲਬ ਹੈਗਾ ਪੰਜਾਬ ਸਰਕਾਰ ਆਪਣੇ ਵੱਲੋਂ ਪੂਰਾ ਵਲ ਆ ਰਹੀ ਹੈਗੀ ਇਹ ਕਿ ਜਿਹੜਾ ਹੈਗਾ ਬਿਜਲੀ ਦੀ ਡਿਮਾਂਡ ਜਿਹੜੀ ਉਹ ਪੂਰੀ ਕੀਤੀ ਜਾ ਸਕੇ ਬਾਹਰੋਂ ਬਿਜਲੀ ਜਿਹੜੀ ਸੈਂਟਰ ਪੂਲ ਚੋਂ ਆਉਂਦੀ ਉਹ ਅਕਵਾਇਰ ਨਿਕਲ ਲਈ ਜਾ ਸਕੇ ਔਰ ਕੋਲੇ ਦੀ ਸਪਲਾਈ ਵਾਸਤੇ ਸੀ ਲਗਾਤਾਰ ਕੇਂਦਰੀ ਯਾਨੀ ਕਿ ਕੋਲਾ ਮੰਤਰੀ ਦੇ ਟੱਚ ਦੇ ਵਿੱਚ ਹੈ ਗਿਆ ਸੋ ਮੇਰਾ ਕਹਿਣ ਦਾ ਮਤਲਬ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਪੂਰਾ ਇਸ ਚੀਜ਼ ਦਾ ਖਿਆਲ ਰੱਖੇ ਕਿ ਲੋਕਾਂ ਨੂੰ ਬਿਜਲੀ ਦੀ ਦਿੱਕਤ ਨਾ ਆਵੇ ਪੰਜਾਬ 'ਚ ਜੀ ਬਹੁਤ ਬਹੁਤ ਸ਼ੁਕਰੀਆ ਸਰ ਐਂਡ ਵਿੱਚ ਤੁਹਾਡੇ ਤੋਂ ਲੈਨੇ ਆ ਵਿਦਾ ਪਰ ਇੱਕ ਵਾਰੀ ਸਾਡੇ ਸ਼ਰੋਤਿਆਂ ਨੂੰ ਇਹ ਜ਼ਰੂਰ ਦੱਸ ਦੋ ਜਿਹੜਾ ਬਜਟ ਵਾਲਾ ਕਿੱਸਾ ਸੀ ਜਿਹੜਾ ਬਜਟ ਵਾਲਾ ਜਿਹੜੇ ਕਿ ਲੋਕ ਸ਼ਮੂਲੀਅਤ ਵਾ ਸਕਦੇ ਉਹ ਇੱਕ ਵਾਰੀ ਤੁਸੀਂ ਦੁਬਾਰਾ ਦੱਸ ਦੋ ਤੇ ਫੇਰ ਲੈਨੇ ਅਸੀਂ ਤੁਹਾਡੇ ਤੋਂ ਇਜਾਜ਼ਤ ਅੱਜ ਹੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਜੋ ਪੰਜਾਬ ਦੇ ਫਾਈਨਾਂਸ ਮਿਨਿਸਟਰ ਨੇ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰੀ ਉਹਨਾਂ ਨੇ ਇੱਕ ਆਨਲਾਈਨ ਪੋਰਟਲ ਜਿਹੜਾ ਹੈਗਾ ਉਹ ਜਾਰੀ ਕੀਤਾ ਹੈ। इवन ਰਿਟਨ ਫਾਰਮ ਦੇ ਵਿੱਚ ਵੀ ਲੋਕ ਆਪਣੇ ਸੁਝਾਅ ਸੈਕਟਰੀਅਟ ਦੇ ਵਿੱਚ ਭੇਜ ਸਕਦੇ ਹੈਗੇ ਆ। ਉਸ ਦੇ ਵਿੱਚ 6 ਪੁਆਇੰਟ ਦਿੱਤੇ ਗਏ ਨੇ ਜਿਸ ਦੇ ਵਿੱਚ ਪੰਜਾਬ ਦੀ ਸਮੂਹ ਜਨਤਾ ਜਿਹੜੀ ਹੈ 3 ਕਰੋੜ ਦੇ 3 ਕਰੋੜ ਜਿਹੜੀ ਜਨਤਾ ਹੈਗੀ ਆ ਉਹ ਆਪਣੇ ਸੁਝਾਅ ਇਸ ਬਜਟ ਦੇ ਲਈ ਦੇ ਸਕਦੇ ਆ ਔਰ ਇਹ ਪਹਿਲੀ ਵਾਰੀ ਹੋਏਗਾ ਕਿ ਇਸ ਬਜਟ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਪੁੱਛ ਕੇ ਬਣਾਇਆ ਜਾ ਰਿਹਾ ਉਹਨਾਂ ਦੇ ਸੁਝਾਅ ਲਏ ਜਾ ਰਿਹਾ ਔਰ ਸਹੀ ਮਾਇਨੇ ਦੇ ਵਿੱਚ ਇਹ ਲੋਕਾਂ ਦਾ ਬਜਟ ਹੋਏਗਾ। ਜੀ ਨੀਲ ਸਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਬਿਜ਼ੀ ਸ਼ੈਡਿਊਲ ਚ ਸਾਨੂੰ ਟਾਈਮ ਦਿੱਤਾ ਸੋ ਦੋਸਤੋ ਨੀਲ ਸਰ ਨਾਲ ਗੱਲ ਕੀਤੀ ਤੇ ਇਹਨਾਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਕਿਉਂਕਿ ਬਹੁਤ سارے ਲੋਕ ਜਿਹੜੇ ਨੇ 47 ਦਿਨਾਂ ਨੂੰ ਬਹੁਤ ਜਿਆਦਾ ਵੱਡਾ ਸਮਾਂ ਗਿੰਦੇ ਨੇ ਤੇ ਇਹ ਦੇਖਦੇ ਨੇ ਕਿ ਸ਼ਾਇਦ ਸਰਕਾਰ ਹਲੇ ਧੀਮੇ ਵਿੱਚ ਕੰਮ ਕਰ ਰਹੀ ਹੈ ਜਾਂ ਹਲੇ ਕੰਮ ਨਹੀਂ ਕਰ ਰਹੀ ਸੋ ਨੀਲ ਗਰਕ ਸਾਹਿਬ ਨੇ ਦੱਸਿਆ ਕਿ ਜਿਹੜੀ ਸਰਕਾਰ ਹੈ ਥੋੜਾ ਸਮਾਂ ਚਾਹੀਦਾ ਹੈ ਆਪਣਾ ਕੰਮ ਕਰਨ ਲਈ ਤੇ ਥੋੜੀ ਸਾਨੂੰ ਵੀ ਪੀਸ਼ੈਂਟਸ ਦੀ ਜ਼ਰੂਰਤ ਹੈ ਸੋ ਸਾਨੂੰ ਦੋ ਇਜਾਜ਼ਤ ਅਸੀਂ ਇਸੇ ਤਰ੍ਹਾਂ ਦੀ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਤੇ ਉਦੋਂ ਤੱਕ ਸਤਿ ਸ਼੍ਰੀ ਅਕਾਲ